ਗੇਂਦਾਂ ਬੱਲੇ ਪੈਡ ਪੂਡ ਸਾਰੇ ਇੰਗਲੈਂਡ ਮੋੜ ਮਾਰ ਕੇ ਤੇ ਪਾਕਿਸਤਾਨ ਕ੍ਰਿਕਟ ਟੀਮ ਵਾਲਿਆਂ ਦੇ ਪਛਵਾੜੇ 'ਚ ਦੇ ਦਿਓ। ਓਏ ਇੰਗਲੈਂਡ ਵਾਲੇ ਇੰਜ ਜੁੜੇ ਇਹਨਾਂ ਨੂੰ 16ਵੇਂ ਓਵਰ ਜਿਵੇਂ ਅੰਨਾ ਭੈਣ ਨੂੰ ਜੁੜਦਾ, ਓਏ ਉਹ ਤੇ ਇੰਜ ਜੁੜੇ ਜਿਵੇਂ ਕੁੱਕੜੀ ਖੰਗਾਰ ਨੂੰ ਜੁੜਦੀ ਹੈ। ਇਹ ਸਾਰੇ ਵੱਡੇ ਕ੍ਰਿਕਟ ਮੈਨ ਬਣੇ ਫਿਰਦੇ ਆ, ਓਏ ਇਹਨਾਂ ਨੂੰ ਪਤਾ ਨਹੀਂ ਖੇਡਣ ਦਾ। ਆ ਗਿਆ ਬਾਬਰ ਆਜ਼ਮ ਫਾਰਮ 'ਚ, ਰਿਜ਼ਵਾਨ ਆ ਗਿਆ ਫਾਰਮ 'ਚ, ਇਹਨਾਂ ਸੈਮੀ ਫਾਈਨਲ ਜਿੱਤ ਲਿਆ, ਪਤਾ ਨਹੀਂ ਕੀ ਸਮਝ ਲਿਆ। ਭੈਣ ਦੀ ਸ੍ਰੀ ਹਵੇ ਸਮਝਦੇ ਕੀ ਆਪਣੇ ਆਪ ਨੂੰ। ਓਏ ਇੰਗਲੈਂਡ ਕੋਲ ਜਿੱਤਣਾ ਖਾਲਾ ਜੀ ਦਾ ਵਾੜਾ, ਇਹ ਸਮਝਦੇ ਵੀ 92 ਵਾਲਾ ਵਰਲਡ ਕੱਪ ਆ, ਇੰਜੀ ਘੀਰੀਆਂ ਘੂਸੀਆਂ ਲੈ ਕੇ ਘਸੀੜੀਆਂ ਕਰਕੇ ਗੁੰਡਾ ਰਗੜ ਕੇ ਤਾਂ ਜਿੱਤ ਲਿਆ, ਤੇ ਅਸੀਂ ਇਹ ਵੀ ਜਿੱਤ ਲੈਣਾ। ਸੇਮ ਕੁਆਲਿਟੀਜ, ਸੇਮ ਸਾਰੀਆਂ ਲਾਮਾਸ ਨੇ, ਉਦੋਂ ਵੀ ਅਸੀਂ ਢੂਹੇ ਰਗੜ ਕੇ ਤੇ ਅੱਗੇ ਪਹੁੰਚੇ ਸਾਂ, ਤੇ ਇਸ ਦਫ਼ਾ ਵੀ ਅਸੀਂ ਢੂਹੇ ਰਗੜ ਕੇ ਅੱਗੇ ਪਹੁੰਚੇ ਹਾਂ, ਤੇ ਇਸ ਦਫ਼ਾ ਵੀ ਅਸੀਂ ਵਰਲਡ ਕੱਪ ਜਿੱਤ ਜਾਣਾ। ਬਸ ਤੁਸੀਂ ਛਿਣਕਣਾ ਜਿੱਤ ਜਾਣਾ, ਮੇਰੀ ਗੱਲ ਸੁਣ ਲਓ। ਇਹ ਮੇਰੀ ਵੀਡੀਓ ਬੈਨ ਨਹੀਂ ਹੋਣੀ ਚਾਹੀਦੀ, ਬਲਾਕ ਨਹੀਂ ਹੋਣੀ ਚਾਹੀਦੀ। ਪਾਕਿਸਤਾਨੀ ਕ੍ਰਿਕਟ ਟੀਮ ਦੇ ਵੱਡੇ ਪਲੇਅਰ, ਉਹ ਇਹਨਾਂ ਨੂੰ ਖੇਡਣੇ ਨਹੀਂ ਆਉਂਦਾ, ਇਹ ਭੈਣ ਕਰੋੜਾਂ ਤਨਖਾਹ ਲੈ ਰਹੇ ਆ, ਕਰੋੜਾਂ ਤਨਖਾਹ ਲੈ ਰਹੇ ਆ, ਉਹ ਪਾਕਿਸਤਾਨ ਦਾ ਨਾਮ ਬਦਨਾਮ ਕਰ ਰਹੇ ਆ। ਇਹਨਾਂ ਨੂੰ ਪਤਾ ਨਹੀਂ ਮਸਾ ਵੀ ਖੇਡਣ ਦਾ। ਉਹ ਇਹਨਾਂ ਨੂੰ ਇੰਗਲੈਂਡ ਵਾਲੇ ਇੰਜ ਜੁੜਦੇ ਜਿਵੇਂ ਢਿੱਲੇ ਕੂ ਨੂੰ ਭੇਟ ਜੁੜਦੀ ਆ, ਸਮਝ ਨਹੀਂ ਆਉਂਦੀ ਇਹਨਾਂ ਨੂੰ। ਮੈਂ ਹੋਰ ਕੀ ਕੀ ਇਸ ਤੋਂ ਗੰਦਾ ਕਹਾਂ। ਬੜੇ ਫਿਰਦੇ ਵੱਡੇ ਕ੍ਰਿਕਟ ਮੈਨ ਆ।